ਕਿੰਨੇ ਜਿਹਰ ਤੋਂ ਇਹ ਇਦਾਂ ਠੀਕ ਨਹੀਂ ਗਏ ਇਹ ਸ਼ੁਰੂ ਤੋਂ ਹੀ ਇਦਾਂ ਆ ਜੀ ਬਚਪਨ ਤੋਂ ਹੀ ਗੱਲ ਕਰਨ ਤੋਂ ਬਾਅਦ ਮਾਤਾ ਦੇ ਪਿਤਾ ਇਹ ਮਾਤਾ ਪਿਤਾ ਦੋਨੇ ਜਿਹੜੇ ਸਹਿਮਤ ਹੋਏ ਆ ਅੱਜ ਅਸੀਂ ਇਹਨੂੰ ਲੁਧਿਆਣਾ ਮਨੁੱਖਤਾ ਦੀ ਸੇਵਾ ਸੁਸਾਇਟੀ ਜਿਹੜੀ ਆ ਉੱਥੇ ਲੈ ਕੇ ਜਾ ਰਹੇ ਆ ਮਾਪੇ ਦੀ ਰੀਜ ਹੁੰਦੀ ਹੈ ਕਿ ਉਹਨਾਂ ਦਾ ਬੇਟਾ ਜਾਂ ਉਹਨਾਂ ਦਾ ਕੋਈ ਵੀ ਔਲਾਦ ਜੋ ਬੇਟਾ ਹੋਵੇ ਜਾਂ ਬੇਟੀ ਹੋਵੇ ਤੰਦਰੁਸਤ ਹੋਵੇ ਵਧੀਆ ਪੜ੍ਹਾਈ ਕਰੇ ਚੰਗੀਆਂ ਪੋਸਟਾਂ ਤੇ ਪਹੁੰਚੇ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੇ ਪਰ ਜਦੋਂ ਕਿਸੇ ਦਾ ਬੱਚਾ ਕੋਈ ਮਨੁਬੁੱਧੀ ਬਣ ਜਾਂਦਾ ਮਨੁਬੁੱਧੀ ਪੈਦਾ ਹੁੰਦਾ ਜਾਂ ਉਹ ਕਿਸੇ ਤਰ੍ਹਾਂ ਦੇ ਦਿਮਾਗੀ ਹਾਲਤ ਠੀਕ ਨਹੀਂ ਹੁੰਦੀ ਤੇ ਉਹ ਮਾਪੇ ਦੇ ਦਿਲ ਤੇ ਕੀ ਬੀਤਦੀ ਆ ਅੱਜ ਇੱਕ ਜਿਹਾ ਹੀ ਇਹੀ ਪਰਿਵਾਰ ਵਿੱਚ ਆਏ ਆ ਜਿਨ੍ਹਾਂ ਦਾ ਕਿ ਬੱਚਾ ਬਚਪਨ ਤੋਂ ਹੀ ਮਨਬੁੱਧੀ ਆ ਛੜਕਾਂ ਦੇ ਆਮ ਨੂੰ ਤੁਰਿਆ ਫਿਰਦਾ ਆਪਾਂ ਵੇਖ ਸਕਦੇ ਆ ਪਤਾ ਨਹੀਂ ਵਿਚਾਰਾ ਕੀ ਗੰਦ ਮੰਦ ਵਿਚਾਰਾ ਖਾਂਦਾ ਵਾ ਮਤਲਬ ਬਿਲਕੁਲ ਹੀ ਬੇਸਮਝਿਆ ਬੱਚਾ ਉਸ ਬੱਚੇ ਨੂੰ ਅੱਜ ਇੱਕ ਜਥੇਬੰਦੀ ਵਾਲੇ ਕਿਤੇ ਉਹਨੂੰ ਇਲਾਜ ਵਾਸਤੇ ਲੈ ਕੇ ਜਾ ਰਹੇ ਨੇ ਮੈਂ ਉਹਨਾਂ ਵੀਰਾਂ ਨਾਲ ਵੀ ਗੱਲਬਾਤ ਕਰੂੰਗਾ ਜਥੇਬੰਦੀ ਵਾਲੇ ਵੀਰਾਂ ਨਾਲ ਹਾਂਜੀ ਵੀਰ ਜੀ ਕੀ ਨਾਂ ਟੱਡਾ ਜੀ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਜੀਤ ਸਿੰਘ ਖਾਲਸਾ ਜੰਡਿਆਲਾ ਗੁਰੂ ਜਿਹੜਾ ਅੰਮ੍ਰਿਤਸਰ ਹਾਂਜੀ ਕਿਹੜੀ ਜਥੇਬੰਦੀ ਤੋਂ ਜੀ ਇਹ ਜੀ ਇੱਕ ਤੇ ਸਾਡੀ ਵੈਲਫੇਅਰ ਸੁਸਾਇਟੀ ਆ ਪੰਜਾਬ ਏਕਤਾ ਵੈਲਫੇਅਰ ਸੁਸਾਇਟੀ ਠੀਕ ਹੈ ਜੀ ਜੋ ਕਿ ਪਿਛਲੇ ਕੁਝ ਸਮੇਂ ਬੰਦ ਰਹੀ ਸੀ ਕੁਝ ਸਾਡੇ ਜਿਹੜੇ ਇਹਦੇ ਮੈਂਬਰ ਸਹਿਬਾਨ ਸਨ ਉਹ ਬਾਹਰ ਫੋਰਨ ਦੇ ਵਿੱਚ ਗੂ ਹੋ ਗਏ ਸੀ ਔਰ ਇਹਨੂੰ ਦੁਬਾਰਾ ਅਸੀਂ ਰੀਨਿਊ ਕਰਕੇ ਤੇ ਦੁਬਾਰਾ ਜਿਹੜੇ ਆਪਣੇ ਕਾਰਜ ਆ ਉਹ ਸ਼ੁਰੂ ਕੀਤੇ ਆ ਔਰ ਨਾਲ ਦੀ ਨਾਲ ਅਸੀਂ ਸੇਵਾ ਨਿਭਾ ਰਹੇ ਆ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਦੇ ਵਿੱਚ ਮੈਂ ਜੰਡਿਆਲਾ ਗੁਰੂ ਜੋਂ ਦਾ ਜਿਹੜਾ ਉਹ ਸਕੱਤਰ ਦੇ ਵਜੋਂ ਆਉਦੀ ਦਿੱਤੇ ਆ ਠੀਕ ਹੈ ਜੀ ਹਾਂਜੀ ਇਹ ਟਾਡੀ ਜਿਹੜੀ ਇਹ ਜਥੇਬੰਦੀ ਹੈ ਮੈਂ ਕਿ ਕੀ ਕੰਮ ਕਰਦੀ ਹੈ ਇਹ ਜੀ ਵੇਖੋ ਜੀ ਆਪਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਲਈਏ ਤੇ ਸਰਕਾਰਾਂ ਦੇ ਜੋ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਵਾ ਅਸੀਂ ਡਟ ਕੇ ਜਿਹੜਾ ਵਾ ਉਹ ਖੜੇ ਆ ਸਰਕਾਰਾਂ ਹੁਣ ਆਪਾਂ ਵੇਖ ਰਹੇ ਆ ਕਿ ਪਾਣੀ ਪੰਜਾਬ ਦਾ ਜਿਹੜਾ ਵਾ ਉਹ ਬੇਹੱਦ ਹੀ ਗੰਦਾ ਹੋ ਚੁੱਕਾ ਵਾ ਜਿਵੇਂ ਕਿ ਪਿਛਲੇ ਸਮੇਂ ਤੇ ਕਾਫੀ ਸਮੇਂ ਪਹਿਲਾਂ ਜਿਹੜਾ ਉਹ ਮੋਰਚਾ ਜੀਰਾ ਫੈਕਟਰੀ ਸ਼ਰਾਬ ਫੈਕਟਰੀ ਦੇ ਬਾਹਰ ਲੱਗਾ ਸੀਗਾ ਆਖਰ ਪੰਜਾਬ ਦੇ ਲੋਕਾਂ ਦੀ ਜਿੱਤ ਕਹਿ ਸਕਦੇ ਆ ਕਿਉਂਕਿ ਜਿੱਥੇ ਲੋਕਾਂ ਦੀ ਆਵਾਜ਼ ਖੜੀ ਹੋ ਜੇ ਉੱਥੇ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਕੰਮ ਜਿਹੜਾ ਵਾ ਉਹ ਫਤੇ ਨਹੀਂ ਹੋ ਸਕਦਾ ਔਰ ਆਖਰਕਾਰ ਜਿਹੜਾ ਵਾ ਉਹ ਜੀਰਾ ਫੈਕਟਰੀ ਜਿਹੜੀ ਆ ਉਹਨੂੰ ਸਾਡੇ ਜਿਹੜੇ ਸੀਐਮ ਸਾਹਿਬ ਹੈ ਭਗਵੰਤ ਮਾਨ ਸਾਹਿਬ ਉਹਨਾਂ ਨੇ ਬੰਦ ਕਰਨ ਦੇ ਜਿਹੜੇ ਨਿਰਦੇਸ਼ ਆ ਉਹ ਦੇ ਦਿੱਤੇ ਆ ਔਰ ਉਸ ਤੋਂ ਬਾਅਦ ਬਿਜਲੀ ਦਾ ਮਸਲਾ ਜਿਹੜਾ ਵਾ ਬਿਜਲੀ ਨੂੰ ਜੇ ਆਪਾਂ ਲਈਏ ਤੇ 200 220 ਜਿਹੜਾ ਬਿੱਲ ਆ ਉਹ ਦੁਬਾਰਾ ਫੇਰ ਇਹਨਾਂ ਨੇ ਜਿਹੜਾ ਉਹ ਕਹਿ ਦਿੱਤਾ ਆ ਕਿ ਲਾਗੂ ਕਰਨਾ ਵਾ ਉਹ ਮਸਲੇ ਨੇ ਨਸ਼ੇ ਦਾ ਮਸਲਾ ਜਿਹੜਾ ਵਾ ਉਹ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਇਸ ਟਾਈਮ ਤੇ ਹਾਈਲਾਈਟ ਹੋਇਆ ਵਾ ਅਸੀਂ ਆਪਣੇ ਜੰਡੇਾਲਾ ਸ਼ਹਿਰ ਨੂੰ ਲੈ ਲੀਏ ਤੇ ਗਲੀ ਗਲੀ ਦੇ ਵਿੱਚ ਨਸ਼ਾ ਜਿਹੜਾ ਵਾ ਸ਼ਰੇ ਆਮ ਜਿਹੜਾ ਉਹ ਵਿਕ ਰਿਆ ਵਾ ਔਰ ਸਰਕਾਰ ਵੀ ਔਰ ਪ੍ਰਸ਼ਾਸਨ ਵੀ ਇਹਦੇ ਬਾਰੇ ਕੋਈ ਖਾਸ ਧਿਆਨ ਨਹੀਂ ਦੇਣ ਢਈ ਤੇ ਉਤੋਂ ਅਲੈਦਾ ਆ ਕੇ ਫਿਰ ਅਸੀਂ ਜਿਹੜਾ ਵਾ ਇਹ ਬੱਚੇ ਨੂੰ ਵੇਖਿਆ ਜੰਡੇਾਲਾ ਘਰੂ ਘਾ ਮੰਡੀ ਦੇ ਵਿੱਚ ਇਹ ਸੜਕਾਂ ਦੇ ਉੱਤੇ ਟ੍ਰੈਫਿਕ ਦੇ ਵਿੱਚ ਜਿਹੜਾ ਵਾ ਸੜਕ ਤੋਂ ਕਦੇ ਇੱਧਰ ਕਦੇ ਉੱਧਰ ਜਾਂਦਾ ਸੀ ਔਰ ਮਤਲਬ ਇਹਦੇ ਮਾਤਾ ਪਿਤਾ ਤੋਂ ਇਲਾਵਾ ਮੇਰੇ ਮਨ ਦੇ ਵਿੱਚ ਇਹ ਡਰ ਹੀ ਹੈ ਕਿ ਬੱਚਾ ਕਿਸ ਗੱਡੀ ਦੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ ਅੱਜ ਤੁਸੀਂ ਇਹਨੂੰ ਕਿੱਥੇ ਲੈ ਕੇ ਜਾ ਰਹੇ ਜੀ ਅੱਜ ਅਸੀਂ ਕਾਫੀ ਦਿਨ ਪਹਿਲਾਂ 10 ਦਿਨ ਪਹਿਲਾਂ ਮਨੁੱਖਤਾ ਦੀ ਸੇਵਾ ਲੁਧਿਆਣਾ ਸੁਸਾਇਟੀ ਜਿਹੜੀ ਚੱਲ ਰਹੀ ਹੈ ਉਹਨਾਂ ਦੇ ਨਾਲ ਮਿੰਟੂ ਵੀਰ ਜੀ ਨਾਲ ਸਾਡੀ ਗੱਲ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ ਜੇ ਬੱਚੇ ਦੇ ਮਾਤਾ ਪਿਤਾ ਸਹਿਮਤ ਆ ਇਹਨੂੰ ਇੱਥੇ ਲੈ ਕੇ ਆਉਣ ਲਈ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਔਰ ਗੱਲ ਕਰਨ ਤੋਂ ਬਾਅਦ ਮਾਤਾ ਦੇ ਪਿਤਾ ਮਾਤਾ ਪਿਤਾ ਦੋਨੇ ਜਿਹੜੇ ਸਹਿਮਤ ਹੋਏ ਆ ਅੱਜ ਅਸੀਂ ਇਹਨੂੰ ਲੁਧਿਆਣਾ ਮਨੁੱਖਤਾ ਦੀ ਸੇਵਾ ਸੁਸਾਇਟੀ ਜਿਹੜੀ ਆ ਉੱਥੇ ਲੈ ਕੇ ਜਾ ਰਹੇ ਹਾਂ ਠੀਕ ਹੈ ਜੀ ਹਾਂਜੀ ਵੀਰ ਜੀ ਤੁਹਾਡਾ ਕਿਹਨਾ ਜੀ ਦਿਤਿੰਦਰ ਦੇਵ ਜੀ ਤੇ ਤੁਸੀਂ ਵੀ ਜਥੇਬੰਦੀ ਨਾਲ ਸੰਬੰਧਿਤ ਹਾਂਜੀ ਤੇ ਤੁਹਾਡੀ ਜਥੇਬੰਦੀ ਨੇ ਇਸ ਤੋਂ ਪਹਿਲਾਂ ਵੀ ਕੋਈ ਕੰਮ ਕੀਤੇ ਹੋਣਗੇ ਇਸ ਤੋਂ ਪਹਿਲਾਂ ਜਿਵੇਂ ਆਪਣਾ ਦਾਣਾ ਮੰਡੀ ਦੇ ਸਾਹਮਣੇ ਇੱਕ ਗਾਹਾਂ ਦਾ ਐਕਸੀਡੈਂਟ ਹੋਇਆ ਸੀ ਕਾਰ ਦੇ ਨਾਲ ਉਹਦਾ ਕਾਫੀ ਲੱਤ ਪਾੜ ਚੁੱਕੀ ਹੋਈਗੀ ਇੱਕ ਲੱਤ ਉਹਦੀ ਚੜ ਚੁੱਕੀ ਸੀ ਉਹ ਉਤਾਰ ਕੇ ਟੰਕ ਟੁੰਕੇ ਲਾਏ ਸੀ ਉਸ ਤੋਂ ਬਾਅਦ ਛੋਟੇ ਮੋਟੇ ਕੰਮ ਕੋਈ ਵੀ ਸਾਨੂੰ ਮਿਲ ਜਾਣ ਜੀ ਅਸੀਂ ਕਰਦੇ ਰਹੀਦਾ ਇਸ ਤੋਂ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਜੀ ਇਸ ਤੋਂ ਅੱਗੇ ਵੀ ਸਾਡਾ ਜੀ ਇੱਕ ਆਪਣੇ ਸਰਾਂ ਰੋਡ ਤੇ ਜਿੱਦੋਂ ਦੀ ਅਸੀਂ ਉਹ ਸੰਭਾਲੀ ਹੁੰਦੋਂ ਦੀ ਵੇਖਦੇ ਪਏ ਆ ਇੱਕ ਲਾਲੀ ਨਾਮ ਦਾ ਵਾ ਆਪਣਾ ਪਿੰਡ ਨੋਨੇ ਦਾ ਵਾ ਉਹਦਾ ਵੀ ਪਤਾ ਕੀਤਾ ਵਾ ਇਸ ਤਰ੍ਹਾਂ ਦੇ ਜਿਹੜੇ ਵੀ ਰੱਬ ਵੱਲੋਂ ਮਾਰੇ ਜਿਨ੍ਹਾਂ ਨੂੰ ਮਨਪੁੱਧੀ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਮਨੁੱਖਤਾ ਦੀ ਸੇਵਾ ਸੁਸਾਇਟੀ ਜਾਂ ਹੋਰ ਵੀ ਜਿਹੜੇ ਸਾਡੇ ਸਾਥ ਦੇਣਗੇ ਅਸੀਂ ਉਹਨਾਂ ਤੱਕ ਪਹੁੰਚਦਾ ਕਰਾਂਗੇ ਜੀ ਜੇ ਤਾਂ ਫਿਰ ਤੁਸੀਂ ਖਰਚਾ ਕਰਦੇ ਜੇ ਆਪਣੇ ਕੋਲੋਂ ਜਾਂ ਕੋਈ ਜਿਦਾਂ ਤੁਸੀਂ ਪਿਛਲੇ ਦੱਸਿਆ ਵੀ ਕੋਈ ਗਾਂ ਦਾ ਵੀ ਤੁਸੀਂ ਇਲਾਜ ਕਰਵਾਇਆ ਸੀ ਹਾਂਜੀ ਉਹਦੇ ਵਿੱਚ ਜੀ ਸਾਡੇ 11 ਮੈਂਬਰ ਕਮੇਟੀ ਹੈ ਇੱਕ ਉਹਦੇ ਵਿੱਚ ਸਾਡੇ ਕੁਝ ਮੈਂਬਰ ਸਾਥ ਦੇਂਦੇ ਨੇ ਤੇ ਬਾਕੀ ਚੜ ਕੇ ਜਿੰਨਾ ਵੀ ਸ਼ਹਿਰ ਨਿਵਾਸੀ ਹੈ ਵੱਤ-ਵੱਤ ਯੋਗਦਾਨ ਪਾਉਂਦਾ ਵਜੀ ਕੋਈ 100 ਕੋਈ 50 ਜਿੰਨਾ ਵੀ ਪਾਉਂਦਾ ਵਾ ਸਾਡੇ ਲਈ ਬਹੁਤ ਆ ਉਹਨੇ ਨਾਲ ਸਾਡਾ ਕੰਮ ਹੋ ਜਾਂਦਾ ਠੀਕ ਆ ਜੀ ਧੰਨਵਾਦ ਇਹ ਮੇਰੇ ਕੋਲ ਬੱਚੇ ਦੇ ਮਾਤਾ ਪਿਤਾ ਵੀ ਆ ਇਹਨਾਂ ਨਾਲ ਮੈਂ ਗੱਲਬਾਤ ਕਰੂੰਗਾ ਹਾਂਜੀ ਇਹ ਕੀ ਨਾ ਜੀ ਤੁਹਾਡਾ ਸ਼ੋਕਾ ਜੀ ਇਹ ਤੁਹਾਡਾ ਬੇਟਾ ਆ ਹਾਂਜੀ ਕਿੰਨੇ ਜਿਹਰ ਤੋਂ ਇਹ ਇਦਾਂ ਠੀਕ ਨਹੀਂ ਗਾਇ ਇਹ ਸ਼ੁਰੂ ਤੋਂ ਹੀ ਇਦਾਂ ਆ ਵਾ ਜੀ ਬਚਪਨ ਤੋਂ ਹੀ ਜਨਮ ਤੋਂ ਹੀ ਇਦਾਂ ਆ ਕਿੰਨੇ ਉਮਰ ਹੋ ਚੁੱਕੀ ਹੁਣ ਤੱਕ ਇਹਦੀ ਇਹਦੀ ਹੋ ਗਈ ਹੋਣੀ ਆ ਮੇਰੇ ਹਿਸਾਬ ਨਾਲ ਕੋਈ 18-19 ਸਾਲ ਅਸੀਂ ਇੰਨੀ ਗੌਰ ਨਹੀਂ ਕੀਤੀ ਉਮਰ ਦੀ ਇੰਨੀ ਕੋਈ ਨਹੀਂ ਪਹਿਲਾਂ ਰੋੜਦਾ ਰਿਆ ਨਾ ਪਹਿਲਾਂ ਰੋੜਦਾ ਰਿਆ ਵਾ ਫੇ ਤੁਰਿਆ ਨਹੀਂ ਜਲਦੀ ਫੇ ਹੋਂਦੇ ਤੁਰ ਪਿਆ ਤੇ ਇਹਨੂੰ ਵਾ ਵ ਹੋ ਗਿਆ ਕਾਫੀ 8 ਸਾਲ ਹੋ ਗਿਆ ਇਹਨੂੰ ਤਿੰਨ ਮਤਲਬ ਦੀ ਆਰ ਚਾਉਂਦੇ ਜਾਂ ਨਹੀਂ ਜਾਂਦੇ ਪਹਿਲਾ ਪਹਿਲਾ ਕੋਈ ਬੱਚੇ ਨਾਲ ਤਾਂ ਡੈਕ ਹੋਈ ਹਾਂਜੀ ਹਾਂਜੀ ਇਦਾਂ ਆਇਆ ਉਹਦਾ ਨਾਮ ਦੱਸੋ ਉਹਦਾ ਨਾਮ ਭਾਰਤ ਭਾਰਤ ਉਹਨੂੰ ਕੋ ਚੁੱਕੇ ਲੈ ਗਿਆ ਸੀ ਪਤਾ ਨਹੀਂ ਚੁੱਕਿਆ ਗਿਆ ਕਿ ਪਤਾ ਨਹੀਂ ਘਰ ਹੀ ਨਹੀਂ ਆਇਆ ਉਹ ਜਿਉਂ ਤੋਂ ਰੋਣਾ ਜਾਂ ਪਿਆ ਹੈ ਹੀ ਗਮ ਵਾਲਿਆ ਬੰਦਿਆਂ ਉਹ ਵੀ ਬੱਚਾ ਇਸੇ ਇਸੇ ਹਾਲ ਤੇ ਸੀ ਇਸੇ ਇਸੇ ਹਾਲ ਤੇ ਸੀ ਇਹਦਾ ਨਾਮ ਹੋ ਜਾਦਾ ਹੀ ਉਹ ਵੀ ਤੇ ਤੁਸੀਂ ਇਹਦਾ ਇਲਾਜ ਕਰਾਉਣ ਦੀ ਕੋਈ ਕੋਸ਼ਿਸ਼ ਕੀਤੀ ਤੇ ਕੀ ਕੋਸ਼ਿਸ਼ ਹੋਈ ਇਹਦਾ ਇਲਾਜ ਨਹੀਂ ਹੋਇਆ ਇਹਦਾ ਹੋਇਆ ਨਹੀਂ ਜਨਾਬ ਬਾਕੀ ਅਸੀਂ ਆਪ ਮਾਰ ਅੰਦਰ ਜਾਈਦਾ ਯੋ ਤੇ ਸਾਰਾ ਦਿਨ ਮਗਰੋਂ ਫਿਰਦਾ ਰਹਿੰਦਾ ਸਾਡੇ ਕੋਲ ਕੋਈ ਤੁਹਾਡੇ ਤੋਂ ਮਤਲਬ ਤੁਸੀਂ ਤੇ ਚਲੋ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਕੋਈ ਹੋਰ ਕੋਈ ਜਥੇਬੰਦੀ ਇਦਾਂ ਜਿੱਦਾਂ ਅਜੇ ਵੀਰ ਆਏ ਤੁਹਾਡੇ ਕੋਲ ਅੱਗੇ ਕੋਈ ਇਹੋ ਜਿਹੀ ਸੰਸਥਾ ਆਈ ਹੈ ਨਹੀਂ ਨਹੀਂ ਸਾਡੇ ਕੋਲ ਕੋਈ ਆਇਆ ਕਿਹਨੇ ਸਾਨੂੰ ਕਿਹਾ ਹੈ ਆਈ ਨਹੀਂਗਾ ਅੱਗੇ ਵੀ ਉਹਨੂੰ ਤਾਂ ਹੀ ਲੈ ਗਿਆ ਕੋਈ ਹਾਂਜੀ ਉਹਦੇ ਬਾਰੇ ਵੀ ਕੋਈ ਨਹੀਂ ਆ ਸਾਨੂੰ ਕਈ ਕਹਿੰਦੇ ਸੀ ਉਹ ਆਉਂਦਾ ਕੋਈ ਵੀ ਨਹੀਂ ਹੁੰਦਾ ਨਹੀਂ ਕੋਈ ਵੀ ਆਂਖ ਦੇ ਬਧੇਰੇ ਹਾਂ ਅੰਦੇ ਹੀ ਵੇਖੋ ਜੀ ਇਹ ਬੱਚਾ ਲਗਭਗ ਇਹਦੀ ਉਮਰ 17-18 ਸਾਲ ਹੋ ਗਈ ਆ ਵੇਖਣ ਨੂੰ ਨਹੀਂ ਲੱਗਦਾ ਭਾਵੇਂ ਕਿ ਛੋਟਾ ਜਿਹਾ ਲੱਗਦਾ ਵਾ ਪਰ 17-18 ਸਾਲ ਦੀ ਉਮਰ ਹੋ ਚੁੱਕੀ ਵਿਚਾਰਾ ਮਨ ਬੁੱਧੀ ਹੋਣ ਕਰਕੇ ਨਾ ਇਹ ਵੱਧ ਸਕਿਆ ਤੇ ਨਾ ਇਹਦੇ ਦਿਮਾਗ ਨੇ ਕੋਈ ਤਰੱਕੀ ਕੀਤੀ ਆ ਵੀ ਉਹਨੂੰ ਕੋਈ ਕਿਸੇ ਤਰ੍ਹਾਂ ਦੀ ਸਮਝ ਹੋਵੇ ਉਹਨੂੰ ਦੁਨੀਆ ਦੀ ਉਹ ਪਤਾ ਨਹੀਂ ਕਿਸ ਤਰ੍ਹਾਂ ਵਿਚਾਰਾ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਮਾਪੇਓ ਚਲੋ ਸਾਹਮ ਦਾਵਾ ਜਿੰਨਾ ਵੀ ਹੋ ਸਕਦਾ ਆਪਣੀ ਕੋਸ਼ਿਸ਼ ਕਰਦੇ ਆ ਬੱਚੇ ਨੂੰ ਸਾਹਮਣੇ ਦੀ ਪਰ ਚਲੋ 24 ਘੰਟੇ ਨਾਲ ਨਹੀਂ ਬੱਜਿਆ ਜਾਂਦਾ ਉਹਨਾਂ ਕੋ ਤੇ ਉਹਨਾਂ ਨੇ ਦੱਸਿਆ ਕਿ ਇਹ ਬਚਪਨ ਤੋਂ ਹੀ ਇਹਦਾ ਇਹੋ ਹਾਲ ਆ ਮਤਲਬ ਬਚਪਨ ਤੋਂ ਹੀ ਮਨ ਬੁੱਧੀ ਆ ਪੈਦਾ ਹੋਇਆ ਵਾ ਤੇ ਅੱਜ ਤੱਕ ਕਿਸੇ ਵੀ ਮਤਲਬ ਸਮਾਜ ਸੇਵੀ ਜਥੇਬੰਦੀ ਨੇ ਕੋਸ਼ਿਸ਼ ਨਹੀਂ ਕੀਤੀ ਕਿ ਇਹਦਾ ਇਲਾਜ ਕਰਵਾ ਸਕੇ ਚਲੋ ਆਪ ਗਰੀਬ ਆਦਮੀ ਨਹੀਂ ਕਰਵਾ ਸਕਦੇ ਇਲਾਜ ਅੱਜਕੱਲ ਇੰਨੀ ਮਗਹਾਈ ਆ ਕਿ ਹਸਪਤਾਲਾਂ ਦੇ ਵਿੱਚ ਤੇ ਚੰਗੇ ਚੰਗੇ ਜਿਹੜੇ ਉਹ ਰੁੱਲ ਜਾਂਦੇ ਆ ਕਿ ਗਰੀਬ ਆਦਮੀ ਦਾ ਤੇ ਬਹੁਤ ਮੁਸ਼ਕਲ ਹੈ ਨਾ ਇਲਾਜ ਕਰਾਉਣਾ ਤੇ ਅੱਜ ਇਸ ਜਥੇਬੰਦੀ ਨੇ ਬੜਾ ਵੱਡਾ ਉਪਰਾਲਾ ਕੀਤਾ ਵਾ ਕਿ ਇਹਨੂੰ ਲੈ ਕੇ ਲੁਧਿਆਣੇ ਜਾ ਰਹੇ ਆ ਜਿੱਥੇ ਕਿ ਇੱਕ ਬੜੀ ਵੱਡੀ ਸਮਾਜ ਸੇਵੀ ਸੰਸਥਾ ਜਿਹੜੀ ਕਿ ਮਿੰਟੂ ਵੀਰ ਜਿਹੜਾ ਕਿ ਬੜਾ ਮਸ਼ਹੂਰ ਹੈ ਆ ਪੂਰੇ ਪੰਜਾਬ ਕੀ ਬਾਲ ਇੰਡੀਆ 'ਚ ਮਸ਼ਹੂਰ ਹੈ ਆ ਜਿੱਥੇ ਕਿ ਹਰ ਤਰ੍ਹਾਂ ਦਾ ਇਲਾਜ ਕਰਦਾ ਮਨਬੁੱਧੀ ਲੋਕਾਂ ਦਾ ਜਿਹੜੇ ਸੜਕਾਂ ਦੇ ਉੱਤੇ ਵਿਚਾਰੇ ਬੇਸਹਾਰਾ ਤੁਰੇ ਫਿਰਦੇ ਉਹਨਾਂ ਦਾ ਵੀ ਇਲਾਜ ਕਰਦੇ ਆ ਅੱਜ ਇਹ ਜਥੇਬੰਦੀ ਉਹਨਾਂ ਕੋਲ ਲੈ ਕੇ ਜਾ ਰਹੀ ਆ ਤੇ ਇਸੇ ਤਰ੍ਹਾਂ ਹੀ ਇਹਨਾਂ ਦਾ ਹੋਰ ਵੀ ਇਹਨਾਂ ਦੇ ਇਹੋ ਹੀ ਮਨਸੂਬੇ ਆ ਵੀ ਜੋ ਵੀ ਸਾਨੂੰ ਕੋਈ ਬੇਸਹਾਰਾ ਸੜਕਾਂ ਦੇ ਮਿਲਦਾ ਸੀ ਉਹਨੂੰ ਲੈ ਕੇ ਉਹਦਾ ਇਲਾਜ ਵੀ ਕਰਾਵਾਂਗੇ ਜਿੱਥੋਂ ਤੱਕ ਹੋ ਸਕੇ ਉਹਦੀ ਸਹਾਇਤਾ ਕਰਾਂਗੇ ਤੇ ਮੈਂ ਇਸੇ ਤਰ੍ਹਾਂ ਜਨੈਲਾ ਗਰੂਪ ਤੋਂ ਜਸਪਾਲ ਸ਼ਰਮਾ ਦਾ ਸਮਰ ਨਿਊਜ਼